ਪੰਜਾਬ ਪੁਲਿਸ ਕਰ ਰਹੀ ਕੁੱਕੜ ਦੀ ਸੇਵਾ। ਮੁਲਾਜ਼ਮ ਬੜੇ ਪਿਆਰ ਦੇ ਨਾਲ ਪਾ ਰਿਹਾ ਚੋਗਾ। ਇਸ ਕੁੱਕੜ ਨੂੰ ਅਖਾੜੇ ਚੋਂ ਚੁੱਕ ਕੇ ਲਿਆਈ ਹੈ ਪੁਲਿਸ। ਕੁੱਕੜ ਬਣਿਆ ਪੁਲਿਸ ਦੀ ਕੇਸ ਪ੍ਰਾਪਰਟੀ। ਜੱਜ ਸਾਹਿਬ ਅੱਗੇ ਪੇਸ਼ ਹੋਵੇਗਾ ਇਹ ਕੁੱਕੜ। ਇਹ ਕੋਈ ਆਮ ਕੁੱਕੜ ਨਹੀਂ, ਅਖਾੜਿਆਂ ਚੋਂ ਜਿੱਤ ਚੁੱਕਾ ਹੈ 11 ਟਰਾਫੀਆਂ। ਪੁਲਿਸ ਨੇ ਕੁੱਕੜ ਦਾ ਮਾਲਿਕ ਕੀਤਾ ਗ੍ਰਿਫਤਾਰ। ਪੰਜਾਬ ਦੇ ਬਠਿੰਡਾ 'ਚ ਹੁੰਦੀ ਸੀ ਕੁੱਕੜਾਂ ਦੀ ਲੜਾਈ, ਜੋ ਕਿ ਸਰਾਸਰ ਗੈਰ ਕਾਨੂੰਨੀ ਹੈ ਅਤੇ ਕੁੱਕੜਾਂ ਦੇ ਮੈਚਾਂ 'ਤੇ ਲੱਗਦਾ ਸੀ ਲੱਖਾਂ ਦਾ ਸੱਟਾ। ਤਾਂ ਇਸ ਕੁੱਕੜ ਦੇ ਮਾਲਿਕ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮੌਕੇ 'ਤੇ ਸਾਡੇ ਪੱਤਰਕਾਰ ਸੂਰਜ ਭਾਨ ਮੌਜੂਦ ਨੇ, ਪੁਲਿਸ ਦੇ ਨਾਲ ਉਹਨਾਂ ਦੀ ਗੱਲਬਾਤ ਹੋਈ ਹੈ। ਆਓ ਜਾਣਦੇ ਹਾਂ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ, ਕਿਉਂ ਪੰਜਾਬ ਪੁਲਿਸ ਇਸ ਕੁੱਕੜ ਦੀ ਸੇਵਾ ਕਰ ਰਹੀ ਹੈ। ਬਠਿੰਡਾ ਸਦਰ ਪੁਲਿਸ ਨੇ 11 ਵਾਰ ਦੇ ਚੈਂਪੀਅਨ ਇੱਕ ਮੁਰਗੇ ਨੂੰ ਪੁਲਿਸ ਥਾਣੇ ਲੈ ਕੇ ਆਈ। ਆਖਿਰਕਾਰ ਮਾਮਲਾ ਕੀ ਸੀ, ਕਿਉਂ ਮੁਰਗੇ ਨੂੰ ਪੁਲਿਸ ਥਾਣੇ ਲੈ ਕੇ ਆਉਣਾ ਪੈ ਗਿਆ? SHO ਸਦਰ ਮੇਰੇ ਨਾਲ ਨੇ। SHO ਸਾਹਿਬ, ਕਹਾਣੀ ਕੀ ਸੀ ਕਿ ਮੁਰਗੇ ਨੂੰ ਥਾਣੇ ਲੈ ਕੇ ਆਉਣਾ ਪੈ ਗਿਆ? ਕੇਸ ਪ੍ਰੋਪਰਟੀ ਤੁਹਾਡੇ ਬਣਿਆ ਹੋਇਆ, ਮਾਮਲਾ ਕੀ ਸੀਗਾ? ਇਹ ਸਾਨੂੰ ਨਾ ਇੱਕ ਸ਼ਿਕਾਇਤ ਮਿਲੀ ਸੀ ਵੀ ਬੱਲੂਆਣੇ 'ਚ ਕੋਈ ਸ਼ਰਾਰਤੀ ਅਨਸਰ ਇਹ ਮੁਰਗਿਆਂ ਦੀ ਲੜਾਈ ਕਰਾ ਕੇ ਪੈਸੇ ਦੀ ਬਾਜ਼ੀ ਲਗਾ ਰਹੇ ਹਾਂ। ਤਾਂ ਜਾ ਕੇ ਅਸੀਂ ਮੌਕੇ 'ਤੇ ਦੇਖਿਆ ਅਤੇ ਕੁਛ ਬੰਦੇ ਭੱਜ ਗਿਆ ਅਤੇ ਕੁਛ ਸਾਨੂੰ ਕਾਬੂ ਆ ਗਿਆ, ਜਿਨ੍ਹਾਂ 'ਚ ਰਾਜਿੰਦਰ ਸਿੰਘ ਰਾਜੂ, ਗੁਰਜੀਤ ਸਿੰਘ ਅਤੇ ਸੀਰਾ, ਤਿੰਨ ਬੰਦੇ ਅਸੀਂ ਕਾਬੂ ਕੀਤੇ ਆ ਅਤੇ ਸਮੇਤ ਉਹਨਾਂ ਦੇ ਸ਼ੀਲਡਾਂ ਅਤੇ ਮੁਰਗੇ ਨੂੰ ਕਾਬੂ ਕੀਤਾ। ਕਹਿੰਦੇ ਮੁਰਗਾ ਚੈਂਪੀਅਨ ਵੀ ਰਹੇ, 10-11 ਵਾਰ ਲੜਾਈ 'ਚ ਉਹਦੀਆਂ ਸ਼ੀਲਡਾਂ ਵੀ ਤੁਸੀਂ ਰਿਕਵਰ ਕੀਤੀਆਂ ਨੇ, 11 ਵਾਰ ਦਾ ਚੈਂਪੀਅਨ ਰਿਹਾ ਕਹਿੰਦੇ? ਇਹ ਅਸੀਂ ਵੈਰੀਫਾਈ ਕਰ ਰਹੇ ਹਾਂ, ਵੈਸੇ ਮੁਰਗੇ ਦਾ ਮੈਡੀਕਲ ਕਰਾਇਆ ਗਿਆ ਜੋ ਕਿ ਸੱਟਾਂ ਪਾਈਆਂ ਗਈਆਂ ਨੇ। ਅਤੇ ਅੱਗੇ ਹੁਣ ਫਰਦਰ ਕਿਸ ਤਰ੍ਹਾਂ ਦੀ ਕਾਰਵਾਈ ਰਹਿਣੀ, ਕਾਨੂੰਨੀ ਕੀ ਕਹਿੰਦਾ? ਉਹਨੂੰ ਕੇਅਰ ਟੇਕ ਵਾਸਤੇ ਰੱਖਿਆ ਹੋਇਆ, ਤੁਸੀਂ ਮੈਡੀਕਲ ਦੀ ਗੱਲ ਕੀਤੀ ਹੈ, ਜੇ ਜੱਜ ਸਾਹਿਬ ਬੁਲਾਉਂਦੇ ਨੇ ਤਾਂ ਦੁਬਾਰੇ ਲੈ ਕੇ ਆਉਣਾ ਪੈਣਾ, ਸੰਭਾਲ ਫਿਰ ਕਰਨੀ ਪੈਣੀ ਉਹਦੀ? ਇਸ ਸੰਬੰਧ 'ਚ ਅਸੀਂ ਕਰੂਅਲਟੀ ਟੂ ਐਨੀਮਲ ਐਕਟ ਪਰਚਾ ਦਰਜ ਕੀਤਾ ਹੈ, ਇਹਦਾ ਚਲਾਨ ਪੇਸ਼ ਕੀਤਾ ਜਾਊਗਾ, ਜੋ ਵੀ ਅੱਗੇ ਕਾਰਵਾਈ ਆਊਗੀ। ਹੁਣ ਮੁਰਗਾ ਪੁਲਿਸ ਥਾਣੇ ਰੱਖਿਆ ਜਾਂ ਕੋਈ ਕੇਅਰ ਟੇਕਰ ਦੀ ਸੰਭਾਲ ਕਰ ਰਿਹਾ ਸਰ? ਅੱਗੇ ਕੀ ਪ੍ਰੋਸੀਜਰ ਹੁੰਦਾ? ਕੇਅਰ ਟੇਕਰ ਸੰਭਾਲ ਕਰ ਰਿਹਾ, ਕੇਅਰ ਟੇਕਰ ਦੇ ਹਵਾਲੇ ਕੀਤਾ ਗਿਆ। ਬਿਲਕੁਲ, ਪੁਲਿਸ ਨੇ ਇੱਕ ਮਾਮਲਾ ਦਰਜ ਕੀਤਾ ਸੀ ਜਿਸ ਦੇ ਵਿੱਚ ਜਾਨਵਰਾਂ ਦੀ ਲੜਾਈ ਕਰਾਉਂਦੇ ਸੀ, ਮੁਰਗਿਆਂ ਦੀ ਲੜਾਈ ਕਰਾਉਂਦੇ ਸੀ, ਜਿਸ ਦੇ ਵਿੱਚ 3 ਲੋਕਾਂ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕੀਤਾ, 1 ਲੋਕ ਦੀ ਗ੍ਰਿਫਤਾਰੀ ਹੋਈ ਹੈ, ਔਰ ਉਹ ਮੁਰਗੇ ਨੂੰ ਵੀ ਮਾਲ ਮੁਕੱਦਮੇ ਦੇ ਵਿੱਚ ਕਿਤੇ ਨਾ ਕਿਤੇ ਪੁਲਿਸ ਨੇ ਸ਼ਾਮਲ ਕਰ ਲਿਆ। ਕੁਝ ਸ਼ੀਲਡਾਂ ਬਰਾਮਦ ਹੋਈਆਂ ਨੇ, ਜਿਹੜੀਆਂ ਸ਼ੀਲਡਾਂ ਦੇ ਆਧਾਰ 'ਤੇ ਕਿਹਾ ਗਿਆ ਕਿ 11 ਵਾਰ ਦਾ ਚੈਂਪੀਅਨ ਇਹ ਮੁਰਗਾ ਰਿਹਾ। ਹਾਲਾਂਕਿ ਪੁਲਿਸ ਨੇ ਕਾਨੂੰਨੀ ਕਾਰਵਾਈ ਕੀਤੀ ਹੈ, ਕਿਉਂਕਿ ਕਿਸੇ ਵੀ ਪੰਛੀ ਜਾਂ ਜਾਨਵਰਾਂ ਦੇ ਉੱਪਰ ਤਸ਼ੱਦਦ ਕਰਨਾ, ਲੜਾਈ ਕਰਾਉਣਾ ਕਿਤੇ ਨਾ ਕਿਤੇ ਕਾਨੂੰਨੀ ਜੁਰਮ ਹੈ, ਔਰ ਬਾਕੀ ਦੇ ਰਹਿੰਦੇ ਦੋ ਮੁਜਰਮ ਹੈ, ਜਲਦੀ ਪੁਲਿਸ ਉਹਨਾਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਦੇਵੇਗੀ। ਬਠਿੰਡਾ ਤੋਂ ਸੂਰਜ ਭਾਨ, ਨਿਊਜ਼ 18 ਪੰਜਾਬ।